ਤੁਸੀਂ ਪ੍ਰਦੇਸ਼ 'ਚ ਇਸ ਤਰ੍ਹਾਂ ਦੇ ਪਰੌਂਠੇ ਨਹੀਂ ਖਾਧੇ ਹੋਣੇ ਆਲੂ ਗੋਭੀ ਵਾਲੇ? ਨਾ ਜੀ ਨਾ ਨਾ, ਇਹ ਪੱਕਣੇ ਵੀ ਸੌਖੇ ਨਹੀਂ ਹੈ। ਕਿਉਂ ਜੀ? ਬੜੇ ਔਖੇ ਪੱਕਦੇ ਜੀ। ਅੱਛਾ ਤੁਸੀਂ ਪਕਾਓ ਤਾਂ ਪੱਕ ਜਾਣਗੇ। ਠੀਕ ਹੈ, ਅਸੀਂ ਪਕਾਈਏ ਤਾਂ ਸਾਡੇ ਕੋਲ ਬੜਾ ਮਜ਼ਾ ਆਉਂਦਾ ਹੈ ਆਲੂ ਗੋਭੀ ਵਾਲੇ ਪਰੌਂਠੇ ਦਾ। ਠੀਕ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕੁਮ ਯੂਟਿਊਬ ਫੈਮਿਲੀ, ਉਮੀਦ ਕਰਦੀ ਹਾਂ ਕਿ ਆਪ ਸਭ ਠੀਕ ਹੋਵੋਗੇ। ਅਲਹਮਦੁਲਿਲਾ, ਹਮ ਵੀ ਬਿਲਕੁਲ ਠੀਕ ਹੈ। ਜਿਨ ਲੋਕਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਵੋ ਸਬਸਕ੍ਰਾਈਬ ਕਰ ਲੈਂ ਪਲੀਜ਼ ਪਲੀਜ਼। ਅੱਜ ਮੈਂ ਪਰੌਂਠੇ ਪਕਾ ਰਹੀ ਹਾਂ ਆਲੂ ਗੋਭੀ ਵਾਲੇ। ਦੇਖੇ ਕਿ ਆਲੂ ਗੋਭੀ ਵਾਲੇ ਮੈਂ ਪਰੌਂਠੇ ਪਕਾ ਰਹੀ ਹਾਂ। ਇਸਕੋ ਆਸਤਾ ਆਸਤਾ ਕਰੂੰਗੀ। ਜੇ ਅਬ ਮੈਂ ਪੇੜਾ ਬਣਾ ਰਹੀ ਹਾਂ। ਇਸਮੇ ਮੈਂ ਅਭੀ ਮੈਂ ਪੇੜਾ ਬਣਾ ਰਹੀ ਹਾਂ। ਬਣ ਗਿਆ ਹੈ ਅਬ ਇੱਕ, ਔਰ ਅਬ ਦੂਸਰਾ ਮੈਨੇ ਬਣਾਉਣਾ ਹੈ। ਅਰੇ ਯਾਰ, ਪੰਜ ਛੇ ਤੋਂ ਤੂੰ ਤਿਆਰ ਕਰਕੇ ਰੱਖ ਲਈ ਹੈ, ਅਭੀ ਤੂੰ ਬਸ ਰੈਡੀ ਕਰੋਗੀ। ਇਸਕੇ ਅੰਦਰ ਘੀ ਡਾਲੋਗੀ ਕਿ ਨਹੀਂ ਡਾਲੋਗੀ? ਨਹੀਂ, ਇਨਕੇ ਅੰਦਰ ਨਹੀਂ ਘੀ ਡਾਲੂੰਗੀ, ਉੱਪਰ ਲਗਾਉਂਗੀ। ਅੱਛਾ ਅੱਛਾ, ਆਲੂ ਗੋਭੀ? ਹਾਂਜੀ। ਠੀਕ ਹੋ, ਆਲੂ ਗੋਭੀ ਕਿੰਨੀ ਕੁ ਤਕਰੀਬਨ ਪਾਈ ਦੀ ਇੱਕ ਰੋਟੀ ਦੇ ਵਿੱਚ? ਹਾਂ ਜੀ, ਜਿੰਨਾ ਜਿੰਨਾ ਕਿਸੇ ਖਾਣਾ ਹੋਵੇ ਉਨਾ ਉਹਨਾਂ ਵਿੱਚ ਪਾ ਦੇਈਦਾ। ਕਿਸੇ ਕੋਈ ਵਧੇਰਾ ਖਾਂਦਾ, ਕੋਈ ਥੋੜ੍ਹਾ ਖਾਂਦਾ ਹੈ, ਅਤੇ ਮੈਂ ਉਹਦੀ ਜ਼ਰੂਰਤ ਮੁਤਾਬਕ ਪੂਰਾ ਪੂਰਾ ਪਾਉਣ ਡਈ ਹਾਂ। ਇੰਨਾ ਨਹੀਂ ਮੈਂ ਪਾਉਂਦੀ ਬਈ। ਹਾਂਜੀ। ਅੱਛਾ ਜੀ, ਠੀਕ। ਨਹੀਂ, ਆਲੂ ਗੋਭੀ ਮਤਲਬ ਜ਼ਿਆਦਾ ਪਾਣੀ ਦੀ ਕੋਈ ਮੁਸ਼ਕਲ ਤਾਂ ਨਹੀਂ ਹੈ? ਪਰ ਬਾਹਰ ਕੱਚੇ ਆਟੇ 'ਚ ਬਾਹਰ ਤਾਂ ਨਹੀਂ ਆਉਂਦੀ ਹੈ? ਨਹੀਂ ਪੇੜਾ ਕਰ ਹੁਣੇ ਵੇਖ ਲੈਂਦੇ ਹਾਂ, ਪੇੜੇ 'ਚ ਆਉਂਦੀ ਕਿ ਨਹੀਂ ਆਉਂਦੀ? ਪੇੜਾ ਉਦਾਂ ਲੈ ਲੈਂਦੇ, ਮੈਂ ਨਾ ਪਤਾ ਲੱਗ ਜਾਂਦਾ ਨਾ। ਹਾਂ, ਪਤਾ ਲੱਗ ਜਾਂਦਾ। ਤੁਹਾਡੇ ਸਾਰੇ ਹਾਸੇ ਨਿਕਲ ਜਾਂਦੇ ਨੇ ਹੁਣ ਇੱਥੇ। ਸਹੀ। ਚਲੋ ਕਰੋ ਹਾਂ ਜਰਾ। ਨਹੀਂ, ਹਾਂ ਜਿਹੜਾ ਕੰਮ ਹੈ ਨਾ, ਹੈ ਕਮਾਲ ਹੀ ਕਰਦੇ ਹੋ। ਸਾਨੂੰ ਜਾ ਸਿਖਾ ਦਿਓ ਅਤੇ ਕੋਈ ਨਹੀਂ ਲੋੜ ਸਾਨੂੰ। ਸਹੀ ਸਹੀ ਗੱਲ। ਆਹੋ, ਤੇ ਹੋਰ ਸਹੀ। ਠੀਕ, ਤੁਹਾਨੂੰ ਜਾ ਸਿਖਾਣੀ ਕਿਉਂ ਹੈ ਜੀ? ਗੱਲ ਇਸ ਵਾਰ ਸਾਨੂੰ ਜਾ ਸਿਖਾਉਣੀ ਨਹੀਂ ਆ। ਤੁਹਾਨੂੰ ਚਲ ਅੱਗ ਡਾਂਡ ਨਹੀਂ ਆ।